ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਜ਼ੁਰਗ ਚਿਹਰਾ ਜਿਹੜਾ ਤੁਸੀਂ ਆਪਣੀ ਸਕਰੀਨ ਤੇ ਦੇਖਿਆ, ਇਹਨਾਂ ਦਾ ਨਾਂ ਕੈਲਾਸ਼ ਯਾਦਵ ਆ। ਹੈ ਤਾਂ ਇਹ ਅਦਰ ਸਟੇਟ ਤੋਂ ਨੇ ਪਰ ਇਹ ਗੁਰਸਿੱਖ ਪੰਜਾਬੀ ਵੀਰ ਆ, ਪੂਰੀ ਪੰਜਾਬੀ ਬੋਲਦਾ, ਪੰਜਾਬ ਦੇ ਵਿੱਚ ਹੀ ਸਾਰੀ ਜ਼ਿੰਦਗੀ ਕੱਢੀ ਹੈ ਨੀ, ਇੱਥੇ ਸਾਡੇ ਸੇਵਾ ਕਰਦਿਆਂ ਆਪਣੀ ਜ਼ਿੰਦਗੀ ਕੱਢੀ ਹੈ ਗੁਰੂ ਘਰਾਂ ਦੇ ਵਿੱਚ। ਪਰ ਹਾਲਾਤ ਇੱਦਾਂ ਦੇ ਆ, ਇੱਕ ਤਾਂ ਬਚਪਨ ਤੋਂ ਹੀ ਇੱਕ ਲੱਤ ਨੂੰ ਪੋਲੀਏ ਹੋਇਆ ਸੀਗਾ, ਲੱਤ ਕੰਮ ਨੀ ਕਰਦੀ ਆਹ ਵਾਲੀ, ਤਾਂ ਜਿਹੜੀ ਲੱਤ ਨਾਲ ਚੱਲਦਾ ਸੀਗਾ ਉਹਦਾ ਵੀ ਐਕਸੀਡੈਂਟ ਹੋ ਗਿਆ। ਤੇ ਜਿਹੜਾ ਐਕਸੀਡੈਂਟ ਕਰਨ ਵਾਲਾ ਸੀਗਾ, ਨਾ ਤਾਂ ਉਹਨੇ ਸਾਰ ਪੁੱਛੀ ਨਾ ਕਿਸੇ ਹੋਰ ਨੇ ਸਾਥ ਦਿੱਤਾ, ਕਰੀਬ ਸਾਲ ਡੇਢ ਸਾਲ ਤੋਂ ਇੱਦਾਂ ਹੀ ਜ਼ਿੰਦਗੀ ਕੱਟਣ ਲਈ ਮਜਬੂਰ ਸੀ, ਟੁੱਟੀ ਹੋਈ ਲੱਤ ਨੂੰ ਲੈ ਕੇ ਇੱਕ ਟ੍ਰਾਈਸਾਈਕਲ ਤੇ ਆਪਣੀ ਜ਼ਿੰਦਗੀ ਕੱਢਦਾ ਸੀ। ਪਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਡੀ ਟੀਮ ਨੂੰ ਪਤਾ ਲੱਗਿਆ, ਹੁਣ ਇਹ ਦੀਪਕ ਹਸਪਤਾਲ ਜੈਨਮੈਂਟ ਆ, ਆਪਰੇਸ਼ਨ ਹੋ ਗਿਆ ਸਕਸੈਸਫੁਲ। ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਸਦਕਾ ਵਾਹਿਗੁਰੂ ਅੱਗੇ ਅਰਦਾਸ ਕਰਿਓ ਕੈਲਾਸ਼ ਯਾਦਵ ਜੀ ਦੀ ਸਿਹਤਯਾਬੀ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।